ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਤੁੰਗ ਚੁੰਗ ਐਂਡ ਡਿਜ਼ਨੀਲੈਂਡ ਰਿਸੋਰਟ ਲਾਈਨ, ਇੱਥੋਂ ਆਪਾਂ ਚੇਂਜ ਕਰਾਂਗੇ ਡਿਜ਼ਨੀਲੈਂਡ ਦੀ ਅਤੇ ਯੈਲੋ ਲਾਈਨ ਆ, ਇਸ ਤੋਂ ਬਾਅਦ ਪਿੰਕ ਲਾਈਨ ਆਏਗੀ ਡਿਜ਼ਨੀਲੈਂਡ ਦੀ। ਆਓ ਦੇਖਦੇ ਹਾਂ, ਹੁਣ ਅਸੀਂ ਜਾ ਰਹੇ ਹਾਂ ਮੈਟਰੋ 'ਤੇ ਡਿਜ਼ਨੀਲੈਂਡ। ਜੀ ਇਹ ਮੈਟਰੋ ਆ, ਡਿਜ਼ਨੀਲੈਂਡ ਦੀ ਮੈਟਰੋ ਆ ਸਾਰੀ, ਇਹ ਦੇਖ ਸਕਦੇ ਹੋ। ਇਸ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ, ਮੈਟਰੋ ਮਿਕੀ ਮਾਊਸ ਜਿਹੜੇ ਬਣੇ ਆ ਇਹਦੇ ਵਿੱਚ, ਬਹੁਤ ਹੀ ਵਧੀਆ। ਠੀਕ ਹੋ, ਕਿੱਥੇ ਚੱਲੇ ਹੋ? ਪਤਾ ਨਹੀਂ ਇਹਨਾਂ ਨੂੰ ਕਿੱਥੇ ਚੱਲੇ ਆ। ਹਾਂਜੀ ਹੁਣ ਜਾ ਰਹੇ ਹਾਂ ਆਪਾਂ ਡਿਜ਼ਨੀਲੈਂਡ। ਔਰ ਇਹ ਮੈਟਰੋ ਜਿਹੜੀ ਹੈ ਕਿੱਦਾਂ ਦੀ ਲੱਗੀ ਭਾਈ? ਬਹੁਤ ਵਧੀਆ ਮੈਟਰੋ ਹੈ, ਔਰ ਇਹ ਤੀਸਰੀ ਸਾਡੀ ਮੈਟਰੋ, ਆਪਾਂ ਤੀਸਰੀ ਗੱਡੀ 'ਚ ਆਏ ਹਾਂ। ਸਭ ਤੋਂ ਸੋਹਣੀ ਇਹ ਆ, ਔਰ ਨਾ ਇਹ 'ਚ ਕੋਈ ਭੀੜ ਆ, ਨਾ ਇਹ 'ਚ ਕੋਈ ਹਿੱਲ ਜੁੱਲ ਆ, ਬਿਲਕੁਲ ਗੱਡੀ ਚੱਲ ਰਹੀ ਆ ਔਰ ਵਧੀਆ। ਅਜੇ ਚੱਲੀ ਨਹੀਂ ਮੈਂ। ਅੱਛਾ, ਔਰ ਇਹਦੇ ਵਿੱਚ ਮਿੱਕੀ ਮਾਊਸ ਦੀ ਤੁਹਾਨੂੰ ਸਨੈਪਸ ਦਿਖਣਗੀਆਂ ਬਹਿੰਦਿਆਂ ਸਾਰੀ। ਡਿਜ਼ਨੀਲੈਂਡ ਦੀ ਫੀਲਿੰਗ ਜਿਹੜੀ ਆ ਉਹ ਇੱਥੋਂ ਸਟਾਰਟ ਹੋ ਜਾਂਦੀ ਹੋਣੀ, ਅਤੇ ਜਾ ਕੇ ਤੁਹਾਨੂੰ ਦੱਸਦੇ ਹਾਂ ਫਿਰ ਕਿੱਦਾਂ ਦਾ ਵਿਊ ਆ ਉੱਥੇ। ਲਓ ਜੀ ਆਪਾਂ ਬੈਠ ਚੁੱਕੇ ਹਾਂ ਹੁਣ ਡਿਜ਼ਨੀਲੈਂਡ ਵਾਲੀ ਮੈਟਰੋ 'ਚ। ਇਸ ਮੈਟਰੋ 'ਚ ਬਹਿ ਕੇ ਜਿਹੜਾ ਆ ਉਹ ਫੀਲ ਹੋਣਾ ਸ਼ੁਰੂ ਹੋ ਜਾਂਦਾ ਵੀ ਆਪਾਂ ਡਿਜ਼ਨੀਲੈਂਡ ਜਾ ਰਹੇ ਹਾਂ। ਮਿੱਕੀ ਮਾਊਸ ਦੀਆਂ ਚਾਰੇ ਪਾਸੇ ਸਨੈਪਸ ਲੱਗੀਆਂ ਹੋਈਆਂ, ਔਰ ਬਹੁਤ ਵਧੀਆ ਸੀਟਾਂ ਇਹਦੀਆਂ, ਕੰਫਰਟੇਬਲ ਮੈਟਰੋ। ਲਓ ਵੀ ਮਿੱਤਰੋ ਪਹੁੰਚ ਚੁੱਕੇ ਅੱਜ ਡਿਜ਼ਨੀਲੈਂਡ ਹਾਂਗਕਾਂਗ, ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ। ਐਂਟਰੀ ਤੋਂ ਹੀ ਤੁਹਾਨੂੰ ਜਿਹੜੀਆਂ ਆਵਾਜ਼ਾਂ ਡਿਜ਼ਨੀਲੈਂਡ ਦੀਆਂ ਇਮੈਜੀਨੇਸ਼ਨ ਤੁਹਾਨੂੰ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਐਂਟਰ ਕਰਦੇ ਹਾਂ। ਦੇਖੋ ਮਿਊਜ਼ਿਕ ਚੱਲ ਰਿਹਾ ਮਿੱਕੀ ਮਾਊਸ ਦਾ, ਜਿਹੜਾ ਬੱਚੇ ਆਪਾਂ ਸ਼ੁਰੂ ਤੋਂ ਕਾਰਟੂਨ 'ਚ ਇਹ ਮਿਊਜ਼ਿਕ ਲਾਈਕ ਕਰਦੇ ਆ ਰਹੇ ਹਾਂ। ਔਰ ਦੇਖੋ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਹਾਂਗਕਾਂਗ ਡਿਜ਼ਨੀਲੈਂਡ, ਜਿਹੜੀ ਐਡਵੈਂਚਰ ਦੀ ਬਹੁਤ ਵਧੀਆ ਜਗ੍ਹਾ ਹੈ। ਆਓ ਚਲੀਏ ਇੰਜੋਏ ਕਰੀਏ ਜੀ। ਲਓ ਜੀ ਪਹੁੰਚ ਚੁੱਕੇ ਹਾਂ ਡਿਜ਼ਨੀਲੈਂਡ, ਔਰ ਉਹਦਾ ਬਾਹਰ ਦਾ ਵਿਊ। ਸਕਿਉਰਿਟੀ ਚੈੱਕ ਆ, ਸਕਿਉਰਿਟੀ ਚੈੱਕ ਕਰਨ ਤੋਂ ਬਾਅਦ ਆਪਾਂ ਟਿਕਟਸ ਲੈਣੀਆਂ ਨੇ ਅੰਦਰ ਜਾ ਕੇ। ਟਿਕਟ ਕਾਊਂਟਰ ਲੈਣ ਤੋਂ ਬਾਅਦ ਐਂਟਰੀ ਪੁਆਇੰਟ ਆ, ਫਿਲਹਾਲ ਐਂਟਰੀ ਪੁਆਇੰਟ ਅਜੇ ਬੰਦ ਆ, ਉਨੀ ਦੇਰ ਆਪਾਂ ਬਾਹਰ ਪਾਰਕ 'ਚ ਘੁੰਮ ਰਹੇ ਹਾਂ। ਬਈ ਪੂਰਾ ਰਾਊਂਡ ਕੱਟ ਕੇ ਹੁਣ ਤਾਂ ਥੱਕ ਗਏ ਹਾਂ ਅਤੇ ਭੁੱਖ ਕਾਫੀ ਲੱਗ ਚੁੱਕੀ ਹੈ। ਹੁਣ ਪ੍ਰਭਜੀਤ ਸਿੰਘ ਜੀ ਫਰੂਟ ਲੈ ਕੇ ਆਏ ਨਾਲ, ਹੁਣ ਸਾਡੇ ਨਾਲ ਦੇ ਦੋਵੇਂ ਪਤਾ ਨਹੀਂ ਕਿੱਥੇ ਰਹਿ ਗਏ ਪਿੱਛੇ ਕਾਫੀ, ਅਤੇ ਫੋਨ ਕੀਤਾ ਹੁਣ ਉਨੀ ਦੇਰ ਆਪਾਂ ਥੋੜ੍ਹੀ ਪੇਟ ਪੂਜਾ ਕਰਦੇ ਹਾਂ ਅਤੇ ਇੰਜੋਏ ਕਰ ਰਹੇ ਹਾਂ। ਵੈਦਰ ਵਧੀਆ, ਥੋੜ੍ਹੀ ਗਰਮੀ ਹੋ ਗਈ ਅਤੇ ਮਿਲਦੇ ਹਾਂ ਦੋਨਾਂ। ਆ ਗਏ ਸਾਡੇ ਦੋਵੇਂ ਸਿੰਘ, ਇੰਨਾ ਟਾਈਮ ਲਾਏ ਭਾਅ ਜੀ ਫੋਟੋਆਂ, ਅਸੀਂ ਇੱਧਰ ਭੁੱਖ ਨਾਲ ਜਾਨ ਨਿਕਲਣ ਦੀ ਸਾਡੀ। ਚਲੋ ਆ ਜਾਓ ਹੁਣ ਛੱਕੀਏ ਆਪਾਂ ਫਿਰ ਲੰਗਰ।